ਏ ਆਕਾਸ਼ਵਾਨੀ ਜੰਮੂ ਹੈ 29 ਜਗਮਨ ਸ਼ਰਮਾ ਕੋਲ ਖਬਰਾਂ ਸੁਨੋ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮ ਕਸ਼ਮੀਰ ਦੇ ਇਲਾਕੇ ਵਿੱਚ 200 ਅਤੰਗਵਾਦੀ ਸક્રિય ਨੇ ਜਿੰਦੇ ਚਾ 60 ਕਸ਼ਮੀਰ ਦੇ ਉੱਤਰੀ ਜ਼ਿਲ੍ਹੇ ਵਿੱਚ ਸક્રિય ਨੇ ਤੇ ਇਹਦੇ ਚ ਜ਼ਿਆਦਾਤਰ ਵਿਦੇਸ਼ੀ ਨੇ ਆਕਾਸ਼ਵਾਨੀ ਜੰਮੂ ਸੰਵਾਦਾਤਾ ਨੇ ਜਾਣਕਾਰੀ ਦਿੱਤੀ ਹੈ ਜੇ ਕਿ ਲੋ ਫੋਰਸ ਦੇ ਜੀਓਸੀ ਮੇਜਰ ਜਨਰਲ ਐਚ ਐਸ ਸਾਹੀ ਹੋ ਰਿਹਾ ਹੈ ਜੇ 200 ਅਤੰਗਵਾਦੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮ ਕਸ਼ਮੀਰ ਵਿੱਚ ਸક્રિય ਨੇ ਤੇ ਇਹਦੇ ਚ 60 ਕਸ਼ਮੀਰ ਦੇ ਉੱਤਰੀ ਜ਼ਿਲ੍ਹੇ ਵਿੱਚ ਮੌਜੂਦ ਨੇ ਜੀਓਸੀ ਨੇ ਜਾਣਕਾਰੀ ਦਿੱਤੀ ਜੇ ਕੋਈ सठ आतंकवादियों चा लगभग पचहत्तर प्रत, प्रतिशत यानी कोई चाली पंताली विदेशी न इस बरे दे जून ते जुलाई महीने दौरान आतंकवाद रोधी अभियान की सफलता मगरा आतंकवाद च नेतृत्व की बड़ी मती कमी गई है गलाया जे आत्मसमर्पण करने संबंधी नमी नीति पर गौर किया जाता है जीओसी यह जानकारी भी दीजे जा कोई ढाई त्रै सौ आतंकवादी नियंत्रण रेखा के पार घुसपैठ की तक अगर बैठे न ਪੁੰਛ ਜ਼ਿਲ੍ਹੇ ਚ ਕਨਿਆਲੇ ਜੰਗਲੀ ਇਲਾਕੇ ਚ ਸੁਰੱਖਿਆ ਬਲ ਨੇ ਜਦ ਦੀ ਰਾਤੀ ਕਾਰਵਾਈ ਦੌਰਾਨ ਇੱਕ ਚੀਨੀ ਪਿਸਤੌਲ ਤੇ ਦੋ ਖਾਲੀ ਮੈਗਜ਼ੀਨਾਂ ਬਰਾਮਦ ਕੀਤੀਆਂ ਨਾ ਸਾਡੇ ਜ਼ਿਲ੍ਹਾ ਸੰਵਾਦਾਤਾ ਅਤ ਅਨੁਭਵ ਮਿਸ਼ਰੀ ਨੇ ਐਸਐਸਪੀ ਪੁੰਛ ਰਮੇਸ਼ ਸ਼ੰਗਰਾਲੂਨ ਦੇਵਾਲੇ ਕਨੇ ਖਬਰ ਦਿੱਤੀ ਹੈ ਕਿ ਸੀਆਰਪੀਐਫ ਦੀ ਇੱਕ ਟੀਮ ਐ ਪੁੰਛ ਕਸਬੇ ਕਾਸ਼ਪੌਂਦੇ ਕਨਿਆਲੇ ਜੰਗਲਾ ਚ ਤੋਪਾਈ ਵਾਲੀ ਕਾਰਵਾਈ ਦੌਰਾਨ ਇਹ ਬਰਾਮਦਗੀ ਕੀਤੀ ਹੈ ਉਨ੍ਹਾਂ ਆਖਿਆ ਜਿ ਹੈ ਕਿ ਇਹ ਬਰਾਮਦਗੀ ਕੋਈ ਮਤੀ ਨਹੀਂ ਹੈ ਪਰ احتیاط ਦੇ ਤੌਰ ਪਰ ਇਲਾਕੇ ਕੀ ਸ਼ਹਿਲ ਚਾਲੀ ਖੰਗਾਲਿਆ ਜਾ ਕਰਤਾ ਹੈ ਜਮੂ ਕਸ਼ਮੀਰ ਖਾਦੀ ਗ੍ਰਾਮ ਉਦਯੋਗ ਬੋਰਡ ਆਸਿਆ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਕਾਇਮ ਕੀਤੇ ਗਏ ਦੇ ઔਦਯੋਗਿਕ ਇਲਾਕੇ ਦੇ ਸਮੂਹੇ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਕਲ ਬੋਰਡ ਦੀਆਂ ਉਪਾਧਿਐਕਸ਼ ਡਾਕਟਰ ਹਿਨਾ ਸ਼ਫੀ ਭਟੂੰਦੀ ਅਧਿਖਤਾ ਜਿ ਇਕ ਬੈਠਕ ਲੱਗੀ ਬੈਠਕਾਂ ਦੀ ਜਾਣਕਾਰੀ ਦਿੱਤੀ ਗਈ ਜੇ ਕੁੱਲ ਮਨਜ਼ੂਰ 10 ઔਦਯੋਗਿਕ ਸਮੂਹ ਹੈ ਜੇ ਕਸ਼ਮੀਰ ਚ ਜਿਸਲੇ ਕੇ 4 ਜੰਮੂ ਪ੍ਰਾਂਤਾਂ ਚ ਵਿਕਸਿਤ ਕੀਤੇ ਜਾਕਰ ਦੇਨਾ ਡਾਕਟਰ ਹਿਨਾ ਭਟੋਰੇ ਸਰਪੰਦਿਤ ਸਭਨੇਤਾ ਨੇ ਹਿਦਾਇਤ ਦਿੱਤਾ ਜੋ ਇਸ ਕਲਾ ਕੀ ਯਕੀਨੀ ਬਣਾਣਾ ਜੇ ઔਦਯੋਗਿਕ ਇਕਾਈਆਂ ਦੇ ਇਸ ਮੂ ਸਮੇਂ ਸਰ ਬਣੀਏ ਤਿਆਰੀ ਜਾਣ ਉਹਨੇ ਇਨੇ ਸਮੂਹ ਦਾ ਰਵਾਇਤੀ ਕਾਰੀਗਰੀ ਦੇ ਕੀ ਪੂਜਾਣਾ ਯਕੀਨੀ ਬਣਾਉਣੇ ਲਈ ਆਪਹੁਝ ਨਿਰਮਾ ਤਾਲਮੇਲ ਬਣਾਈਏ ਕੰਮ ਕਰਨੇ ਲਈ ਵੀ ਆਖਿਆ कोरोना महामारी ਦੇ ਚੱਲਦੇ ਕੋਈ ਸੱਤੇ ਵੀ ਨਿਤੋੜੀ ਬੰਦਰੋਣੇ ਦੇ ਬਾਅਦ ਹੁਨਰ ਹਾਟ ਅੱਜ ਫਿਰਤੀਏ ਖੁੱਲਿ ਗਏ ਨਾ ਆਲਪ ਸੰਖਿਆਕ ਮਾਮਲੇ ਸਰਬੰਦੀ ਮੈਂ ਪ੍ਰਧਾਨ ਮੰਤਰੀ ਮੁਖ्तार ਅੱਬਾਸ ਨਕਵੀਰ ਅੱਜ ਦਿੱਲੀ ਹਾਟ ਪੀ ਤੰਪੂਰਾ ਚ ਉਹਨਾਂ ਰਾਤ ਦਾ ਉਦਘਾਟਨ ਕਰਨ ਗਣ ਜੇ ਦਾ ਮਕਸਦ ਰਿਵਾਇਤੀ ਮਕਾਮੀ ਕਾਰਗਿਰਿਆਵਾਂ ਸੇ ਤਿਆਰ ਕੀਤੇ ਜਾਣ ਵਾਲੇ ਸਮਿਆੰਤ ਚੀਜ਼ੇ ਬਸਤੇਗੀ ਬੜਾ ਬ ਦੇਣਾ ਹੈ ਜਿੰਦੇ ਚ ਮਿੱਟੀ ਨੇ ਬਣੀਆਂ ਬੁਗਰੀਆਂ ਦੀਏ ਖਡੋਣੇ ਮੂਰਤੀਆਂ ਸਜਾਵਟੀ ਸਮਿਆਨ ਤੇ ਲੱਕੜ ਤਾਤ ਤੇ ਸਣਕ ਨੇ ਤਿਆਰ ਬਖ ਬਖ ਕਿਸਮੇ ਦਾ ਸਮਯਾਨ ਸ਼ਾਮਿਲ ਹੈ ਇਹ ਸਭ ਇੱਥੇ ਮੁੱਖ ਆਕਰਸ਼ਣ ਹੋ ਗਨ ਨਕਵੀਂ ਰੀ ਅੱਖੇ ਜਿ ਮਿੱਟੀ ਲੱਕੜ ਬਖ ਬਖ ਤਾਤ ਤੇ ਸਣ ਬਾਨ ਬੰਜ ਤੇ ਇਸ ਚਾਲੀ ਦੀਆਂ ਹੋਰ ਨੇ ਚੀਜ਼ੇ ਨੇ ਤਿਆਰ ਸਮਯਾਨ ਲੋਕਾਂ ਦੇ ਦਿਖਣ ਲਈ ਰੱਖਿਆ ਜਾਗ ਇਹ ਉਹਨਾਂ ਰਾਤ 22 ਨਵੰਬਰ ਤੋਂ ਨਹੀਂ ਚਲੋਗ ਲਕਵੀ ਹੋਣੇ ਆਖੇ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦਿਆ ਸਿਆਮਕਾਮੀ ਤੇ ਰਵਾਇਤੀ ਕਾਰਗਿਰਨ ਕੀ ਬੜਾ ਬਦੇਲੇ ਲਈ ਫੋਕਲ ਫਰ ਲੋਕਲ ਦਾ ਆਹਵਾਨ ਕਰਨ ਦੇ ਬਾਦ ਇਹ ਆਤਮ ਨਿਰਭਰ ਭਾਰਤ ਦੇ ਲਕਸ਼ਿ ਗੀ ਹਾਸਲ ਕਰਨੇ ਚ ਵੀ ਮਤਾ ਕਾਰੀ ਦਾ ਸਾਬਤਵਾ ਕਰਦਾ ਹੈ ਕਿ ਸਿੱਖਿਆ ਮੰਤਰੀ ਰਮੇਸ਼ ਪੋਖਰੀਆਲ ਨੇ ਸ਼ੰਕੋ ਨੇ ਆਖੇ ਜੇ ਸਰਕਾਰ ਭਾਰਤ ਕੀ ਸਿੱਖਿਆ ਦਾਇਕ ਕੁਲ ਸੰਸਾਰੀ ਕੇਂਦਰ ਬਣਾਉਣ ਲਈ ਦ੍ਰਿੜ ਸੰਕਲਪ ਹੈ ਕਲ ਆਈਆਈਟੀ ਮੁੰਬਈ ਦੇ ਰਾਸ਼ਟਰੀ ਸਿੱਖਿਆ ਦਿਵਸ ਕਾਰਕਰਮ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕਰਦੇ ਮੌਕੇ ਮੰਤਰੀ ਨੇ ਆਖੇ ਜੇ ਮਲਕਾ ਚ उच्चे मारी शिक्षा की यकीनी बनाने दुनिया दिए बेहतरीन कन्ने तालमेल सहयोग समझौते ते सहमति बनाइए काम करना बड़ा जरूरी है दुनिया दिए अव्वल दर्जे दिए सौ युनिवर्सिटियों भारत च अपने कैंपस खड़ेर का साद्वा दे ये इस चीजें चीज मुल्ख यकीनी बनाने की भी नमी शिक्षा नीति से व्यवस्था रखी गई है राज्य मंत्री डॉक्टर जितेंद्र सिंह ने केजी पेंशने सरबंदी मामले ਤੇ पेंशन हासिल ਕਰਨ ਵਾਲੇ ਦੀ ਭਲਾਈ ਵਧੇ ਸਰबंदी ਮਤਮਾ ਡਿਜੀਟਲ ਲਾਈਫ ਸਰਟੀਫਿਕੇਟ ਕਿਵੜਾ ਵਦੇ ਇਹ ਪੈਨਸ਼ਨ ਹੀ ਆਈ ਚੁਕੇ ਦੇ ਲੋਕੀ ਕੀ ਆਤਮ ਨਿਰਭਰ ਬਣਾਉਣ ਦੇ ਲਕਸ਼ ਕੇ ਲਈ ਇਹ ਕੰਮ ਕਰਦਾ ਹੈ ਉਹਨਾਂ ਗਲਾਇ ਹੈ ਕਿ ਸਰਕਾਰੇ ਕੋਵਿਡ 19 ਮਹਾਮਾਰੀ ਕਰੀ ਪੈਦਾਲਾਤ ਗਿਤਿਆ ਨਿਯਤਰਤੀ ਹੋਈ ਜਿੰਦੇ ਉਹਨਾਂ ਸਰबंदी ਯਾਨੀ ਲਾਈਫ ਸਰਟੀਫਿਕੇਟ ਜਮਾ ਕਰਵਾਉਣ ਦੀ ਕੀ ਨੀਤੀ ਇੱਕ ਬਤਾइए 31 ਦਸੰਬਰ ਕਰ ਦਿੱਤੀ ਹੈ ਮੁੰਬਈ ਇੰਡੀਅਨਸ ਨੇ 5ਵੀਂ ਵਾਰੀ ਆਈਪੀਐਲ ਕ੍ਰਿਕਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਕੱਲ ਦੁਬਈ ਚ ਖੇਡੇ ਗਏ ਦੇ ਫਾਈਨਲ ਮੁਕਾਬਲੇ ਚ ਮੁੰਬਈ ਦੀ ਟੀਮ ਦਿੱਲੀ ਕੈਪੀਟਲਜ਼ ਕੀ 5 ਵਿਕਟਾਂ ਨੇ ਅੜਾਣੇ ਦੇ ਕੰਨੋ ਕੰਨੀ ਆਈਪੀਐਲ ਦੇ 13 ਬਰੇ ਦੇ ਇਤਿਹਾਸ ਚ ਸਭਨੇ ਸ਼ਮਤੀ ਵਰੀ ਆਈਪੀਐਲ ਖਿਤਾਬ ਜਿੱਤਨੇ ਵਾਲੀ ਟੀਮ ਬਣੀ ਗਈ ਹੈ। ਇਸ ਜਿੱਤ ਚ ਕਪਤਾਨ ਰੋਹਿਤ ਸ਼ਰਮਾ ਤੇ 68 ਰਨਜ਼ ਦੀ ਸ਼ਾਨਦਾਰ ਪਾਰੀ ਦਾ ਮਾਤਮ ਤਵਰੀਆ। ਤੁਈ ਪਲੇਅਰ ਆਫ ਦਾ ਮੈਚ ਟ੍ਰੈਂਟ ਬੋਲਟ ਨੇ 3 ਰਨ ਤੇ ਇਹ ਤ੍ਰੈ ਵਿਕਟਾਸਲ ਕੀਤੀਆਂ ਇਹਦੇ ਸ਼ਹਿ ਪਹਿਲੇ ਰਿਸ਼ਭ ਪੰਦ ਤੇ ਕਪਤਾਨ ਸ਼੍ਰੇਸ਼ ਅਈਅਰ ਦੇ ਦੋ ਅਰਧ ਸ਼ਤਕੇ ਦੀ ਮਦਦ ਕਰਨੇ ਦਿੱਲੀ ਕੈਪੀਟਲਜ਼ ਦੀ ਟੀਮ ਨੇ 156 ਰਨ ਬਣਾਏ ਤੇ ਮੁੰਬਈ ਅੱਗੇ ਜਿੱਤ ਲਈ 157 ਰਨ ਦਾ ਨਿਸ਼ਾਨ ਰੱਖਿਆ ਜਮੋਸਵੀਨਗਰ ਰਸਟਰੀ ਜਨਰੇਲ ਸ਼ਿਰਕ ਗੱਡੀਆਂ ਦੀ ਆਉਚਾਈ ਲਈ ਫਿਲਹਾਲ ਬੰਦ ਹੈ ਤੇ ਸ਼ਵੀਨਗਰ ਜਾਣ ਵਾਲੀਆਂ ਸੈਂਕੜਾ ਗੱਡੀਆਂ ਜਿੰਦੇ ਚ ਯਾਤਰੀ ਗੱਡੀਆਂ ਤੇ ਜ਼ਰੂਰੀ ਸਮਾਨ ਲਈ ਜਾਣ ਵਾਲੇ ਟਰੱਕ ਤੇ ਟੈਂਕਰ ਵੀ ਸ਼ਾਮਲ ਨ ਸਰਮੋਲੀ ਤੇ गोदंबोर पुरस्कार प्राप्त फसे ने एसएसपी ट्रैफिक नेशनल हाईवे मुजबरात 3 2 बजे बडी पसीत कुपड़ पौणे का रास्ता बंद हो गया हा उहा रास्ता साफ करने ले जतन युद्ध स्तर पर जारी न इदे कनेगे खबरें दय बुलेटिन समाप्त तो